दोस्तों पीडीएफ दे मेले दे विच आपां पहुंचे हां ते इत्थे थोनूं एक वक्री चीज दिखाउणी है। आम तौर ते मेले च पशु जिहड़े ओह घबरा जांदे आ जदों इत्थे रिंग च भी जांदे आ क्योंकि किते ना किते साडा प्यार उहनां नाल घट हुंदा है, संभाले हालांकि प्यार नाल ही जांदे आ, पर एक विलक्षण चीज दिखाउणा है। मैं पहली बार मिल रहा सामने अंकल है ते एक झोटी इन्होंने इहदा संगल लाया होया ते एवें ही इत्थे पूरे मेले दे विच नाल नाल जिहड़ी आ तुसीं देख सकदे हो फिरदी है। गल्लां बातां करांगे, पुछदे हां आपां किहड़े एरिए नूं बिलोंग करदे आ, कित्थों आए आ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਗਿਆਨੀ ਜੀ। ਹਾਂਜੀ, ਕਿਹੜੇ ਏਰੀਏ ਨੂੰ ਬਿਲੋਂਗ? ਹਰਿਆਣਾ ਅਸੀਂ ਰੋਹਤਕ ਡਿਸਟ੍ਰਿਕਟ। ਠੀਕ ਹੈ। ਅੱਛਾ, ਇਹ ਝੋਟੀ ਸਰਖਾਸ? ਠੀਕ ਹੈ। ਇਹ ਝੋਟੀ ਕਿਹੜੀ ਕੈਟਾਗਰੀ ਚ ਪਾਰਟਿਸਿਪੇਟ ਕਰਾ ਰਹੇ ਹੋ ਤੁਸੀਂ? ਇਹ ਖੀਰੀ ਹੈ ਬਾਈ ਜੀ। ਖੀਰੀ ਹੈ, ਇਹਨੂੰ ਬੰਨਣ ਦੀ ਲੋੜ ਨੀ ਪੈਂਦੀ? ਫਿਰ ਇਹ ਡਰਦੀ ਨੀ? ਨਹੀਂ, ਮੇਰੇ ਸਾਥ ਘੁੰਮਤੀ ਰਹਿਤੀ ਹੈ। ਸਾਥ ਹੀ ਘੁੰਮਤੀ ਹੈ? ਹਾਂ। ਅੱਛਾ, ਪਹਿਲਾਂ ਵੀ ਪਿੰਡ ਚ ਵੀ ਇਸੇ ਤਰ੍ਹਾਂ ਰਹਿੰਦੀ ਹੈ ਜਾਂ ਮਤਲਬ ਇੱਥੇ ਆ ਕੇ ਇਹਨੂੰ ਛੱਡ ਰਹੇ ਹੋ? ਕੋਈ ਪਿੰਡ ਮੈਂ ਵੀ ਜੈਸੇ ਮੈਂ ਕਈ ਖੋਲ ਕੇ ਜਾਤਾ ਹੂੰ, ਪਿੱਛੇ ਪਿੱਛੇ ਹੋ ਲੈਤੀ ਹੈ। ਅੱਛਾ, ਇੱਥੇ ਤਾਂ ਫਿਰ ਬਹੁਤ ਪਸ਼ੂ ਜਿਹੜੇ ਉਹ ਦੇਖਦੇ ਆ ਜਦੋਂ ਮਾਲਕ ਨਾਲ ਹੁੰਦਾ ਉਦੋਂ ਵੀ ਡਰ ਜਾਂਦੇ ਆ? ਨਹੀਂ, ਇਹ ਤਾਂ ਛੋਟੀ ਸੀ ਨਾ ਉਸ ਟਾਈਮ ਸੇ ਜਾਤੀ ਹੈ ਨਾ। ਅੱਛਾ, ਅਬ ਵਾ ਪਹਿਲੇ ਹਰਿਆਣਾ ਮੈਂ ਲੱਗਿਆ ਥਾ ਉਧਰ ਵੀ ਗਈ ਥੀ। ਅੱਛਾ, ਫਿਰ ਵਾ ਰੋਹਤਕ ਡਿਸਟ੍ਰਿਕਟ ਮੈਂ ਇੱਕ ਪ੍ਰਾਈਵੇਟ ਲਗਾਇਆ ਥਾ ਵਾਂ ਵੀ ਗਈ ਥੀ। ਅੱਛਾ, ਤੇ ਇਹ ਸਾਥ ਹੀ ਜਾਤੀ ਹੈ, ਇਹ ਡਰਤੀ ਨਹੀਂ? ਸਾਥ ਹੀ ਜਾਤੀ ਹੈ, ਮੈਂ ਜਾਂ ਜਾਤਾ ਉਧਰ ਸਾਥ ਸਾਥ ਜਾਏਗੀ। ਅੱਛਾ ਠੀਕ ਹੈ, ਚੱਲਣਾ ਉਧਰ ਨੂੰ। ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਦੇ ਕੋਈ ਰੱਸਾ ਨਹੀਂ ਪਾਇਆ, ਕੋਈ ਸੰਗਲ ਨਹੀਂ ਪਾਇਆ। ਮੇਲੇ ਚ ਬਹੁਤ ਸਾਰੇ ਪਸ਼ੂ ਆ ਜਿਹੜੇ ਬੱਧੇ ਵੀ ਬੱਧਿਆ ਉੱਥੇ ਰਹਿੰਦੇ ਨੀਗੇ, ਪਰ ਇਹ ਇਸੇ ਤਰ੍ਹਾਂ ਹੀ ਤੁਰੀ ਫਿਰਦੀ ਹੈ। ਤੁਸੀਂ ਦੇਖੋ ਇਹ ਇੱਕ ਪਿਆਰ ਹੈ ਪਸ਼ੂ ਪਾਲਣ ਦੇ ਨਾਲ। ਦੇਖ ਸਕਦੇ ਹਾਂ ਤੁਸੀਂ, ਤੁਹਾਡੇ ਸਾਹਮਣੇ ਲਾਈਵ ਟ੍ਰਾਇਲ ਹੈ ਇਹ। ਅੰਕਲ ਜੀ, ਇਹ ਕਿਹੜੇ ਸੀਮਨ ਦੀ ਹੈ? ਕਿਹੜੇ? ਅਰਜੁਨ ਕੁੰਗੜ ਕੀ? ਅਰਜਨ ਕੁੰਗੜ ਕੀ? ਹਾਂ, 19 ਮਹੀਨੇ ਕੀ ਹੋ ਗਈ ਹੈ? 19 ਮਹੀਨੇ ਕੀ ਹੋ ਗਈ? ਅੱਛਾ, ਇਹਦੇ ਨਾਲ ਇੰਨਾ ਪਿਆਰ ਜਿਹੜਾ ਹੋਰ ਕਦੋਂ ਤੋਂ ਬਣਿਆ? ਪਹਿਲੇ ਤੋਂ ਦਿਨ ਤੋਂ ਇਹਨੂੰ ਸੰਭਾਲ ਰਹੇ ਹੋ ਇਸੇ ਤਰ੍ਹਾਂ? ਨਹੀਂ, ਮੇਰੇ ਫਾਦਰ ਰੱਖਦੇ ਥੇ ਐਸੇ ਹੀ ਪਸ਼ੂ। ਅੱਛਾ, ਬਸ ਉਹਨੀ ਸੇ ਪ੍ਰੇਰਣਾ ਮਿਲੀ, ਮੈਨੇ ਵੀ ਐਸੇ ਹੀ ਰੱਖਣਾ ਸ਼ੁਰੂ ਕਰ ਦਿਆ। ਅੱਛਾ, ਤੋ ਇਸਕੋ ਜੈਸੇ ਮੇਰੇ ਪਾਸ ਹੀ ਵਿਆਹੀ ਥੀ ਇਸਕੀ ਮਦਰ। ਠੀਕ ਹੈ, ਤੋ ਵਾ ਫਿਰ ਇਸਕੋ ਮੈਂ ਦੁੱਧ ਪਿਲਾਤਾ ਥਾ, ਯਾ ਜੈਸੇ ਚਾਰਾ ਦੇਣਾ ਹੈ ਸਾਰਾ ਕੰਮ ਮੈਂ ਕਰਤਾ ਹੂੰ। ਅੱਛਾ, ਤੇ ਮੇਰੇ ਸਾਥ ਹੀ ਚਲਤੀ ਹੈ? ਫਿਰ ਸਾਥ ਹੀ ਚਲਤੀ ਹੈ। ਔਰ ਕਿਤਨੇ ਪਸ਼ੂ ਆਪਕੇ ਪਾਸ ਵਾ? ਮੇਰੇ ਪਾਸ ਇਸਕੇ ਇਲਾਵਾ 5 ਹੋਰ ਅੰਗਰ ਪੇ। 5 ਹੋਰ ਹੈ? ਉਨਕੇ ਸਾਥ ਵੀ ਐਸਾ ਹੀ ਪਿਆਰ ਆ ਜਾਂ ਇਹ ਸਪੈਸ਼ਲ? ਪਸ਼ੂ ਐਸੇ ਹੀ ਹੈ? ਸਭ ਹੀ ਐਸੇ ਹੀ ਹੈ? ਹਾਂ। ਠੀਕ ਹੈ, ਔਰ ਇਸਕੀ ਮਦਰ ਕਾ ਮਿਲਕ ਰਿਕਾਰਡ ਹੈ 21 ਕਿਲੋ 750 ਗ੍ਰਾਮ ਪਹਿਲੀ ਬਾਰ ਸੂਈ ਕਾ। ਅੱਛਾ, ਪਹਿਲੀ ਬਾਰ ਸੂਈ ਕਾ? ਜੀ। ਠੀਕ ਹੈ, ਅਭੀ ਇਹ ਖੀਰੀ ਕੈਟਾਗਰੀ ਮੇ ਹੈ? ਖੀਰੀ ਮੇ ਹੈ ਜੀ। ਬੇਟੇ, ਦੋਸਤੋ ਕਿਆ ਉਠਾ ਰਹੀ ਹੈ? ਦੇਖੋ ਦੋਸਤੋ, ਇਹ ਪਸ਼ੂ ਪਾਲਣ ਦੇ ਨਾਲ ਇੱਕ ਵਿਲੱਖਣ ਤੇ ਉੱਚ ਦਰਜੇ ਦਾ ਪਿਆਰ, ਕਿੰਨਾ ਇਕੱਠ ਹੈ, ਪਰ ਆਪਦੇ ਮਾਲਕ ਦੇ ਨਾਲ ਨਾਲ ਫਿਰਦੀ ਹੈ। ਜਮਾ ਜਿਵੇਂ ਬੱਚੇ ਜਿਹੜੇ ਆਪਦੇ ਪਿਓ ਦੇ ਨਾਲ ਜੇ ਕਹਿ ਦਈਏ ਵੀ ਮੇਲਾ ਦੇਖਦੇ ਹੁੰਦੇ ਆ, ਤਾਂ ਉਸੇ ਤਰ੍ਹਾਂ ਹੀ ਇਹ ਝੋਟੀ ਹੈ। ਜਿੱਧਰ ਨੂੰ ਅੰਕਲ ਜਾਂਦੇ ਆ ਨਾਲ ਨਾਲ ਤੁਰੀ ਜਾਂਦੀ ਹੈ। ਵਿਲੱਖਣ ਚੀਜ਼ ਹੈ, ਜ਼ਰੂਰ ਇਹਦੇ ਤੋਂ ਤੁਹਾਨੂੰ ਕੁਛ ਸਿੱਖਣ ਨੂੰ ਮਿਲੂਗਾ ਵੀ ਜੇ ਪਸ਼ੂ ਪਾਲਣ ਦਾ ਕੰਮ ਕਰਨਾ ਤਾਂ ਇਦਾਂ ਦਾ ਕੰਮ ਹੋਣਾ ਚਾਹੀਦਾ ਜਿਹਦੇ ਨਾਲ ਤੁਹਾਡਾ ਜਿਹੜਾ ਉਹ ਪਸ਼ੂਆਂ ਨਾਲ ਮੋਹ ਪਿਆਰ ਵੀ ਬਣੇ। ਧੰਨਵਾਦ ਵੀਡੀਓ ਦੇਖਣ ਵਾਸਤੇ।